ਗੁਰਦਾਸਪੁਰ ਦੇ ਚਾਰਟਰਡ ਅਕਾਊਂਟੈਂਟ ਅਤੇ ਪ੍ਰਗਤੀਸ਼ੀਲ ਕਿਸਾਨ ਸਰਬਜੀਤ ਸਿੰਘ ਦੀ ਕਲਮ ਤੋਂ। ਨਵੇਂ ਕਾਨੂੰਨ ਪਾਸ ਹੋਣ ਤੋਂ ਬਾਅਦ ਸਰਕਾਰ ਨੇ 2.38 ਲੱਖ ਕਰੋੜ ਰੁਪਏ ਦੀ ਕਣਕ ਦੇ ਚੌਲ ਖਰੀਦੇ। ਇਸ ਦਾ 38.5 ਅਰਥਾਤ 91,000 ਕਰੋੜ ਰੁਪਏ ਪੰਜਾਬ ਹਰਿਆਣਾ ਦੇ ਕਿਸਾਨਾਂ ਦੇ ਖਾਤੇ ਵਿੱਚ ਚਲਾ ਗਿਆ। 8.5 ਮਹੀਨਿਆਂ ਵਿੱਚ ਸਰਕਾਰ ਨੇ ਪੰਜਾਬ ਹਰਿਆਣਾ ਤੋਂ 91,000 ਕਰੋੜ ਰੁਪਏ ਦੀ ਕਣਕ ਅਤੇ ਚੌਲ ਖਰੀਦੇ। ਬਾਕੀ ਸੂਬਿਆਂ ਵਿੱਚੋਂ ਸਿਰਫ 1.47 ਲੱਖ ਕਰੋੜ ਰੁਪਏ ਆਏ। ਅੰਦੋਲਨਕਾਰੀ ਕਿਸਾਨ ਆਗੂ MSP ਅਤੇ ਸਰਕਾਰੀ ਖਰੀਦ ਵਿੱਚ ਕਮੀ ਦੀ ਸੰਭਾਵਨਾ ਨੂੰ ਅਤਿਕਥਨੀ ਦੇ ਰਹੇ ਨੇ, ਪਰ ਤਾਜ਼ਾ ਅੰਕੜੇ ਹਕੀਕਤ ਦੀ ਇੱਕ ਨਵੀਂ ਤਸਵੀਰ ਪੇਸ਼ ਕਰਦੇ ਨੇ। ਇਸ ਸਾਲ ਹਾੜੀ ਵਿੱਚ ਦੇਸ਼ ਦੀ ਅੱਧੀ ਤੋਂ ਵੱਧ 51 ਕਣਕ ਪੰਜਾਬ ਹਰਿਆਣਾ ਤੋਂ ਖਰੀਦੀ ਗਈ। ਇਸ ਲਈ ਖੇਤੀ ਮਾਹਰ ਸਰਕਾਰੀ ਖਰੀਦ ਲਈ ਰਾਜ ਕੋਟਾ ਤੈਅ ਕਰਨ ਦੀ ਮੰਗ ਕਰ ਰਹੇ ਨੇ। ਸੰਸਦ ਵਿੱਚ ਨਵਾਂ ਖੇਤੀਬਾੜੀ ਕਾਨੂੰਨ ਪਾਸ ਹੋਣ ਤੋਂ ਬਾਅਦ ਸਰਕਾਰ ਨੇ ਪਿਛਲੇ ਸਾਲ ਅਕਤੂਬਰ ਤੋਂ ਅੱਧ ਜੂਨ ਮਹੀਨੇ ਤਕਰੀਬਨ 8.5 ਮਹੀਨਿਆਂ ਵਿੱਚ 42.3 ਮਿਲੀਅਨ ਟਨ ਕਣਕ ਅਤੇ 55.4 ਮੈਟ੍ਰਿਕ ਟਨ ਚੌਲ ਦੀ ਖਰੀਦ ਕੀਤੀ। ਦੇਸ਼ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਵੀ ਅਜਿਹੀ ਖਰੀਦਦਾਰੀ ਨਹੀਂ ਹੋਈ ਸੀ। ਪਿਛਲੇ ਸਾਲ ਦੇ ਇਸੇ ਮਹੀਨਿਆਂ ਵਿੱਚ 39 ਮੈਟ੍ਰਿਕ ਟਨ ਕਣਕ ਅਤੇ 51.8 ਮੈਟ੍ਰਿਕ ਟਨ ਚੌਲ ਵੀ ਖਰੀਦ ਕੀਤੀ ਗਈ ਸੀ। ਜੇ ਰੁਪਏ ਵਿੱਚ ਗਿਣਿਆ ਜਾਵੇ ਤਾਂ ਇਸ ਸਮੇਂ ਦੌਰਾਨ ਸਰਕਾਰ ਨੇ ਕਣਕ ਅਤੇ ਚੌਲ 2,38,250 ਕਰੋੜ ਰੁਪਏ ਦੀ ਖਰੀਦ ਕੀਤੀ। ਕਣਕ ਦੀ ਖਰੀਦ ਅਜੇ ਵੀ ਜਾਰੀ ਹੈ। ਇਸ ਵਿੱਚੋਂ 38.5% ਕਣਕ ਚੌਲ ਪੰਜਾਬ ਅਤੇ ਹਰਿਆਣਾ ਦੇ ਸਿਰਫ 2 ਰਾਜਾਂ ਦੇ ਕਿਸਾਨਾਂ ਤੋਂ ਖਰੀਦਿਆ ਗਿਆ ਹੈ। ਯਾਨੀ ਤਕਰੀਬਨ 135 ਕਰੋੜ ਦੇ ਦੇਸ਼ ਵਿੱਚ ਤਕਰੀਬਨ 6 ਕਰੋੜ ਦੀ ਆਬਾਦੀ ਵਾਲੇ 2 ਸੂਬਿਆਂ ਵਿੱਚੋਂ 1/3 ਤੋਂ ਵੱਧ ਅਨਾਜ ਖਰੀਦਿਆ ਗਿਆ ਸੀ। ਰੁਪਏ ਵਿੱਚ ਗਿਣ ਕੇ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਇਸ ਸਰਕਾਰੀ ਖਰੀਦ ਦੇ ਵਿੱਚੋਂ 91,726 ਕਰੋੜ ਰੁਪਏ ਪ੍ਰਾਪਤ ਹੋਏ ਨੇ। ਇਹ ਦੇਸ਼ ਵਿੱਚ ਸਭ ਤੋਂ ਉੱਚਾ ਹੈ। ਹਾਲ ਹੀ 'ਚ ਅਜਿਹੀਆਂ ਖਬਰਾਂ ਵੀ ਆਈਆਂ ਕਿ ਪੰਜਾਬ 'ਚ ਕਣਕ ਦੀ ਖਰੀਦ ਦੇ ਬਦਲੇ ਵਿੱਚ ਸਰਕਾਰ ਨੇ 25,000 ਕਰੋੜ ਰੁਪਏ ਤੋਂ ਵੱਧ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਅਦਾ ਕੀਤੇ ਹਨ। ਇਸ ਦੀ ਤੁਲਨਾ ਇੱਕ ਹੋਰ ਤਾਜ਼ਾ ਅੰਕੜੇ ਨਾਲ ਕਰੋ। ਇਹ ਅੰਕੜਾ ਉੱਤਰ ਪ੍ਰਦੇਸ਼ ਦਾ ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ ਕਣਕ ਉਗਾਉਂਦਾ ਹੈ। ਇੱਕ ਖਬਰ ਦੇ ਮੁਤਾਬਕ UP ਸਰਕਾਰ ਕਹਿ ਰਹੀ ਹੈ ਕਿ ਉਸਨੇ ਇਸ ਸਾਲ ਰਿਕਾਰਡ ਕਣਕ ਦੀ ਖਰੀਦ ਕੀਤੀ, ਜਿਸ ਦੀ ਕੀਮਤ 10,626 ਕਰੋੜ ਰੁਪਏ ਹੈ। ਯਾਨੀ ਕਿ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦੇ ਵਿੱਚੋਂ ਸਭ ਤੋਂ ਵੱਡੇ ਰਾਜ ਦੇ ਕਿਸਾਨਾਂ ਨਾਲੋਂ ਵੀ 2 ਗੁਣਾ ਜ਼ਿਆਦਾ ਪੈਸਾ ਮਿਲਿਆ। ਯਾਨੀ ਕਿ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਵਿੱਚ ਸਭ ਤੋਂ ਵੱਡੇ ਰਾਜ ਦੇ ਕਿਸਾਨਾਂ ਨਾਲੋਂ 2.5 ਗੁਣਾ ਜ਼ਿਆਦਾ ਪੈਸਾ ਮਿਲਿਆ। ਛੋਟੇ ਸਰਕਾਰੀ ਸੂਬਿਆਂ ਜਿਵੇਂ ਕਿ ਪੰਜਾਬ ਅਤੇ ਹਰਿਆਣਾ ਤੋਂ ਵਧੇਰੇ ਸਰਕਾਰੀ ਖਰੀਦ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਇਸ ਦਾ ਕਾਰਨ ਹੈ ਕਿ ਸਿੰਚਾਈ ਸਹੂਲਤਾਂ ਵਾਲੇ ਇਹਨਾਂ ਦੋਹਾਂ ਸੂਬਿਆਂ ਨੇ ਹਰੀ ਕ੍ਰਾਂਤੀ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। ਉਹਨਾਂ ਨੇ ਲੋੜ ਨਾਲੋਂ ਜ਼ਿਆਦਾ ਅਨਾਜ ਉਗਾਇਆ ਅਤੇ ਪੂਰੇ ਦੇਸ਼ ਨੂੰ ਭੋਜਨ ਦਿੱਤਾ। ਕਈ ਹੋਰ ਰਾਜ ਆਪਣੇ ਅਨਾਜ ਦੀ ਜ਼ਰੂਰਤ ਵੀ ਨਹੀਂ ਵਧਾ ਸਕੇ। ਹਾਲਾਂਕਿ ਨਵੀਂ ਸਿੰਚਾਈ ਸਹੂਲਤਾਂ, ਸੁਧਰੇ ਹੋਏ ਬੀਜਾਂ ਅਤੇ ਹੋਰ ਖੇਤੀਬਾੜੀ ਸਰੋਤਾਂ ਦੀ ਉਪਲਬਧਤਾ ਦੇ ਨਾਲ ਹੁਣ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਬਿਹਾਰ ਨੇ ਵੀ ਉਤਪਾਦਨ ਵਿੱਚ ਮਹੱਤਵਪੂਰਨ ਵਾਧਾ ਕੀਤਾ ਹੈ। ਜੇ ਕਿਸਾਨ UP ਬਿਹਾਰ ਵਿੱਚ ਵੇਚਣਾ ਚਾਹੁੰਦੇ ਨੇ ਤਾਂ ਵੀ ਸਰਕਾਰੀ ਖਰੀਦ ਜ਼ਿਆਦਾ ਨਹੀਂ ਹੁੰਦੀ। ਇਸੇ ਲਈ ਕੁਝ ਖੇਤੀ ਮਾਹਰ ਅਤੇ ਅਰਥਸ਼ਾਸਤਰੀ ਸਰਕਾਰੀ ਅਨਾਜ ਖਰੀਦਾਂ ਨੂੰ ਤਰਕਸ਼ੀਲ ਬਣਾਉਣਾ ਚਾਹੁੰਦੇ ਨੇ। ਲੌਜੀਕਲ ਦਾ ਅਰਥ ਹੈ ਕਿ ਹਰੇਕ ਰਾਜ ਦਾ ਕੋਟਾ ਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ ਕਿ ਛੋਟੇ ਰਾਜਾਂ ਦੇ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਖਰੀਦੀਆਂ ਜਾਣ, ਕਿਸੇ ਵੱਡੇ ਰਾਜ ਦਾ ਅੱਧਾ ਵੀ ਨਹੀਂ। ਇਸ ਹਾੜੀ ਦੇ ਮੌਸਮ ਦੇ ਅੰਕੜਿਆਂ ਤੋਂ ਇਹ ਚੰਗੀ ਤਰ੍ਹਾਂ ਸਮਝਿਆ ਗਿਆ ਹੈ। ਕਣਕ ਦੀ ਮਿਸਾਲ ਲੈਂਦੇ ਹੋਏ ਦੇਸ਼ ਵਿੱਚ 42.3 ਮੈਟ੍ਰਿਕ ਟਨ ਕਣਕ ਦੀ ਖਰੀਦ ਵਿੱਚੋਂ ਪੰਜਾਬ ਦਾ ਸਭ ਤੋਂ ਵੱਡਾ ਹਿੱਸਾ, ਜੋ ਕਿ 13.2 ਮੈਟ੍ਰਿਕ ਟਨ ਹੈ। ਮੱਧ ਪ੍ਰਦੇਸ਼ ਦੂਜੇ ਨੰਬਰ 'ਤੇ ਆਉਂਦਾ ਹੈ 12.8 ਮੈਟ੍ਰਿਕ ਟਨ। ਇਸ ਸੂਚੀ ਵਿੱਚ ਹਰਿਆਣਾ 8.4 ਮੈਟ੍ਰਿਕ ਟਨ ਝੋਨਾ ਖਰੀਦ ਕੇ ਤੀਜੇ ਨੰਬਰ 'ਤੇ ਹੈ, ਜੋ ਕਿ ਆਬਾਦੀ ਅਤੇ ਖੇਤਰ ਵਿੱਚ ਬਹੁਤ ਘੱਟ ਹੈ। ਪਰ ਸਰਕਾਰੀ ਖਰੀਦ ਵਿੱਚ ਇਸ ਦੀ ਹਿੱਸੇਦਾਰੀ UP, ਰਾਜਸਥਾਨ, ਬਿਹਾਰ ਵਰਗੇ ਕਈ ਵੱਡੇ ਰਾਜਾਂ ਨਾਲੋਂ ਜ਼ਿਆਦਾ ਹੈ। ਇਸ ਤਰ੍ਹਾਂ ਦੇਸ਼ ਵਿੱਚ ਕਣਕ ਦੀ ਕੁੱਲ ਖਰੀਦ ਵਿੱਚੋਂ ਲਗਭਗ 51% ਕਣਕ 2 ਰਾਜਾਂ ਪੰਜਾਬ ਅਤੇ ਹਰਿਆਣਾ ਤੋਂ ਖਰੀਦੀ ਗਈ, ਜਿੱਥੇ ਕਿਸਾਨ ਨੇਤਾ ਖੇਤੀ ਕਾਨੂੰਨ ਦੇ ਵਿਰੁੱਧ ਅੰਦੋਲਨ 'ਚ ਸਭ ਤੋਂ ਅੱਗੇ ਨੇ। ਅੰਦੋਲਨਕਾਰੀ ਕਿਸਾਨ ਨੇਤਾਵਾਂ ਦੀ ਸਭ ਤੋਂ ਵੱਡੀ ਦਲੀਲ ਇਹ ਹੈ ਕਿ ਨਵਾਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਉਹਨਾਂ ਦੀਆਂ ਫਸਲਾਂ ਦੀ ਸਰਕਾਰੀ ਖਰੀਦ ਘੱਟ ਜਾਏਗੀ। ਹਾਲਾਂਕਿ ਸਰਕਾਰ ਇਹ ਕਹਿ ਰਹੀ ਹੈ ਕਿ MSP, AC ਅਤੇ ਇਹ ਜਾਰੀ ਰਹੇਗਾ, ਫਿਰ ਵੀ ਕਿਸਾਨ ਆਗੂ ਇਸ ਪ੍ਰਣਾਲੀ ਦੇ ਖਤਮ ਹੋਣ ਦੀ ਖਦਸ਼ਾ ਜ਼ਾਹਰ ਕਰ ਰਹੇ ਨੇ। ਉਪਰੋਕਤ ਅੰਕੜੇ ਸੱਚ ਦੀ ਇੱਕ ਹੈਰਾਨਕੁੰਨ ਨਵੀਂ ਤਸਵੀਰ ਪੇਸ਼ ਕਰਦੇ ਨੇ। ਇਹਨਾਂ ਤੱਥਾਂ ਨੂੰ ਵੇਖਦਿਆਂ ਕਿਸਾਨ ਨੇਤਾਵਾਂ ਨੇ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ। ਇਸ ਦੇ ਸਮਰਥਨ ਮੁੱਲ ਅਤੇ ਰਿਕਾਰਡ ਖਰੀਦਦਾਰੀ ਦੇ ਨਿਰੰਤਰ ਵਾਧੇ ਦੇ ਇਹਨਾਂ ਤਾਜ਼ਾ ਅੰਕੜਿਆਂ ਦੇ ਵਿਚਕਾਰ ਕਿਸ ਠੋਸ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਖੇਤੀਬਾੜੀ ਦੇ 3 ਕਾਨੂੰਨ MSP 'ਤੇ ਖਰੀਦ ਨੂੰ ਰੋਕਣਗੇ? ਕਿਸਾਨਾਂ ਨੂੰ ਠੋਸ ਤੱਥਾਂ ਦੇ ਆਧਾਰ 'ਤੇ ਆਪਣੇ ਸੁਝਾਅ ਵੀ ਦੇਣੇ ਚਾਹੀਦੇ ਨੇ ਅਤੇ ਉਧਾਰ ਅਤੇ ਵੱਡਾ ਦਿਲ ਦਰਸਾਉਣਾ ਚਾਹੀਦਾ ਅਤੇ ਕੇਂਦਰ ਦੇ ਨਾਲ ਬੈਠ ਕੇ ਕਾਨੂੰਨਾਂ ਵਿੱਚ ਸੋਧਾਂ ਬਾਰੇ ਵਿਚਾਰ ਵਟਾਂਦਰੇ ਕਰਨੇ ਚਾਹੀਦੇ ਨੇ। ਪੰਜਾਬ ਵਿੱਚ ਇਸ ਸਾਲ ਕਣਕ ਦੀ ਖਰੀਦ ਸਭ ਤੋਂ ਵੱਧ ਹੈ।
भारत में कुल खरीद 42.3 मीट्रिक टन, पंजाब 13.2 मीट्रिक टन, MP 12.8 मीट्रिक टन, हरियाणा 8.4 मीट्रिक टन। MT के अंकड़े रबी सीजन 2021 स्रोत खुराक जनतक विभाग। सरबजीत सिंह गुरदासपुर के चार्टर्ड अकाउंटेंट और प्रगतिशील किसान।